ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਬਦਾ ਬੀ ਨੀਟਿੰਗ ਚੈਨਲ ਤੇ ਜਿਹੜਾ ਅੱਜ ਆਪਾਂ ਡਿਜ਼ਾਈਨ ਬਣਾਵਾਂਗੇ ਬਹੁਤ ਹੀ ਆਸਾਨ ਡਿਜ਼ਾਈਨ ਆ ਇਹ ਸਿੰਪਲ ਜਿਹਾ ਚਾਰ ਚਾਰ ਕੁੰਡੇ ਦਾ ਇਹ ਡਿਜ਼ਾਈਨ ਆਪਾਂ ਸਪੈਸ਼ਲ ਪਹਿਣਾ ਦੀ ਕੋਟੀ ਜੈਕਟ ਗਰਲਸ ਟੌਪ ਔਰ ਸਕੀਵੀ ਲਈ ਡਿਜ਼ਾਈਨ ਆ ਇਹ ਤੇ ਬੜੀ ਆਸਾਨੀ ਨਾਲ ਬਣ ਵਾਲਾ ਡਿਜ਼ਾਈਨ ਆ ਚਾਰ ਚਾਰ ਕੁੰਡੇ ਦਾ ਤੇ ਦੋ ਸਲਾਈਆਂ ਦੇ ਵਿੱਚ ਬਣ ਜਾਂਦਾ ਹੁਣ ਆਪਾਂ ਕਰਦੇ ਆਂ ਡਿਜ਼ਾਈਨ ਸ਼ੁਰੂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਨਾ ਔਰ ਬੈਲ ਆਈਕਨ ਦਾ ਬਟਨ ਵੀ ਜ਼ਰੂਰ ਪ੍ਰੈਸ ਕਰਨਾ ਤੇ ਇਹ ਹੈਗੀ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੇ ਪਾਸੇ ਤੋਂ ਇਸ ਤਰ੍ਹਾਂ ਪਹਿਲਾਂ ਆਪਾਂ ਦੋ ਕੁੰਡੇ ਸਿੱਧੇ ਬਣਾਉਣੇ ਆ ਧਾਗਾ ਆਪਣੇ ਵੱਲ ਕਰ ਲੈਣਾ ਇੱਥੇ ਆਪਾਂ ਜਾਲੀ ਪਾਉਣੀ ਆ ਔਰ ਆਹ ਵਾਲੇ ਦੋ ਕੁੰਡਿਆਂ ਦਾ ਇਸ ਤਰ੍ਹਾਂ ਇੱਕ ਕਰ ਦੇਣਾ ਫੇਰ ਦੋ ਕੁੰਡੇ ਸਿੱਧੇ ਧਾਗਾ ਆਪਣੇ ਵੱਲ ਕਰ ਲੈਣਾ ਆਹ ਵਾਲੇ ਕੁੰਡਿਆਂ ਦਾ ਇਸ ਤਰ੍ਹਾਂ ਅੱਗੇ ਤੋਂ ਦੋਹਾਂ ਦਾ ਇੱਕ ਕਰ ਦੇਣਾ ਸਾਰੀ ਸਲਾਈ ਆਪਾਂ ਇਸੇ ਤਰ੍ਹਾਂ ਹੀ ਪਾਉਣੀ ਆ ਦੋ ਕੁੰਡੇ ਸਿੱਧੇ ਧਾਗਾ ਆਪਣੇ ਵੱਲ ਕਰਕੇ ਇੱਥੇ ਦੋ ਕੁੰਡਿਆਂ ਦਾ ਇੱਕ ਕੁੰਡਾ ਕਰ ਦੇਣਾ ਨਾਲ ਹੀ ਆਪਣੀ ਜਾਲੀ ਬਣ ਜਾਂਦੀ ਆ ਇਸ ਤਰ੍ਹਾਂ ਫੇਰ ਦੋ ਕੁੰਡੇ ਸਿੱਧੇ ਧਾਗਾ ਆਪਣੇ ਵੱਲ ਕਰਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਕਰ ਦੇਣਾ ਇਸ ਤਰ੍ਹਾਂ ਲਾਸਟ ਵਾਲੇ ਦੋ ਕੁੰਡੇ ਆਪਾਂ ਸਿੱਧੇ ਬਣਾਵਾਂਗੇ ਹੁਣ ਆਗੇ ਆਪਾਂ ਬੈਕ ਸਾਈਡ ਇਧਰ ਲਈ ਆਪਾਂ ਸਾਰੀ ਸਲਾਈ ਉਲਟੀ ਬਣਾਉਣੀ ਹੈ ਇਸ ਤਰ੍ਹਾਂ ਸਾਰੀ ਸਲਾਈ ਆਪਾਂ ਉਲਟੀ ਬਣਾ ਕੇ ਕੰਪਲੀਟ ਕਰ ਲਈ। ਹੁਣ ਅੱਗੇ ਸਿੱਧੇ ਪਾਸੇ। ਹੁਣ ਇੱਥੇ ਥੋੜਾ ਜਿਹਾ ਆਪਣਾ ਡਿਜ਼ਾਈਨ ਚੇਂਜ ਹੋਊਗਾ। ਧਿਆਨ ਨਾਲ ਦੇਖਿਓ। ਪਹਿਲੇ ਦੋ ਕੁੰਡੇ ਆਪਾਂ ਉਸੇ ਤਰ੍ਹਾਂ ਸਿੱਧੇ ਬਣਾਉਣੇ ਆ। ਇਹ ਸਾਰੇ ਸ਼ੁਰੂ ਦੇ ਵਿੱਚ ਪਹਿਲੇ ਦੋ ਕੁੰਡੇ ਔਰ ਲਾਸਟ ਦੋ ਕੁੰਡੇ ਇਸ ਤਰ੍ਹਾਂ ਸਿੱਧੇ ਬਣਦੇ ਜਾਣਗੇ। ਹੁਣ ਆ ਜਿਹੜਾ ਆਪਾਂ ਜਾਲੀ ਪਾਈ ਸੀ ਇਹ ਵਾਲੇ ਕੁੰਡੇ ਨੂੰ ਇਸ ਤਰ੍ਹਾਂ ਉਲਟਾ ਲੈਣਾ। ਐਦਾਂ ਉਲਟਾ ਕੇ ਬੈਕ ਲੂਪ ਤੋਂ ਦੋ ਕੁੰਡਿਆਂ ਦਾ ਇੱਕ ਕੁੰਡਾ ਕਰ ਦੇਣਾ ਔਰ ਪਹਿਲਾਂ ਆਪਾਂ ਜਾਲੀ ਇੱਧਰ ਪਾਈ ਸੀ ਹੁਣ ਜਾਲੀ ਆਪਾਂ ਇੱਧਰ ਪਾਵਾਂਗੇ ਇੱਥੇ ਦੋ ਕੁੰਡੇ ਸਿੱਧੇ ਫੇਰਾ ਇਸ ਤਰ੍ਹਾਂ ਜਾਲੀ ਵਾਲੇ ਕੁੰਡੇ ਨੂੰ ਉਲਟਾ ਕੇ ਬੈਕ ਲੂਪ ਤੋਂ ਦੋ ਕੁੰਡਿਆਂ ਦਾ ਇੱਕ ਕੁੰਡਾ ਕਰ ਦੇਣਾ ਧੱਗ ਆਪਣੇ ਵੱਲ ਕਰ ਲੈਣਾ ਔਰ ਇੱਥੇ ਜਾਲੀ ਪਾ ਕੇ ਦੋ ਕੁੰਡੇ ਸਿੱਧੇ ਐਸਟਰ ਸਾਰੀ ਸਲਾਈ ਆਪਾਂ ਇਸੇ ਤਰ੍ਹਾਂ ਹੀ ਪਾਉਣੀ ਆ ਦੋ ਕੁੰਡਿਆਂ ਦਾ ਇੱਕ ਕੁੰਡਾ ਧਾਗਾ ਆਪਣੇ ਵੱਲ ਕਰਕੇ ਇੱਥੇ ਜਾਲੀ ਪਾ ਦੇਣੀ ਆ ਔਰ ਲਾਸਟ ਵਾਲੇ ਦੋ ਕੁੰਡੇ ਸਿੱਧੇ ਬਹੁਤ ਹੀ ਸੋਹਣਾ ਡਿਜ਼ਾਈਨ ਆ ਔਰ ਬੜੀ ਛੇਤੀ ਬਣਦਾ ਹੈ ਕਿਉਂਕਿ ਇਹਦੇ ਵਿੱਚ ਸਾਰੀਆਂ ਸਲਾਈਆਂ ਜਿਹੜੀਆਂ ਬੈਕ ਸਾਈਡ ਦੀਆਂ ਨੇ ਉਹ ਉਲਟੀਆਂ ਬਣਦੀਆਂ ਨੇ ਮੇਸਟਰ ਦੇਖੋ ਆਪਣਾ ਡਿਜ਼ਾਈਨ ਇਹ ਬਣਨ ਲੱਗ ਗਿਆ ਹੁਣ ਫੇਰ ਆਪਾਂ ਜਿਵੇਂ ਸ਼ੁਰੂ ਦੇ ਵਿੱਚ ਬਣਾਇਆ ਸੀਗਾ ਦੋ ਕੁੰਡੇ ਸਿੱਧੇ ਪਹਿਲੀ ਸਲਾਈ ਦੀ ਤਰ੍ਹਾਂ ਬਣਾਉਣਾ ਧਾਗਾ ਆਪਣੇ ਵੱਲ ਕਰ ਲੈਣਾ ਔਰ ਆਹ ਵਾਲੇ ਦੋ ਕੁੰਡਿਆਂ ਦਾ ਇਸ ਤਰ੍ਹਾਂ ਇੱਕ ਕਰ ਦੇਣਾ ਐਦਾਂ ਫੇਰ ਦੋ ਕੁੰਡੇ ਸਿੱਧੇ ਧਾਗਾ ਆਪਣੇ ਵੱਲ ਕਰਕੇ ਆਹ ਵਾਲੇ ਦੋ ਕੁੰਡਿਆਂ ਦਾ ਇੱਕ ਕੁੰਡਾ ਕਰ ਦੇਣਾ ਮਸਤ ਦੋ ਗੁੰਡੇ ਸਿੱਧੇ ਇੱਕ ਵਾਰੀ ਜਾਲੀ ਆਪਣੇ ਉਧਰਲੇ ਪਾਸੇ ਬੰਦੀ ਆ ਇੱਕ ਵਾਰੀ ਉਧਰਲੇ ਪਾਸੇ ਇਹ ਹੀ ਆਪਣਾ ਇੰਨਾ ਕੁ ਡਿਜ਼ਾਈਨ ਆ ਬੈਕ ਸਾਈਡ ਦੀ ਫੇਰ ਸਾਰੀ ਸਲਾਈ ਆਪਾਂ ਉਲਟੀ ਪਾਉਣੀ ਆ ਸ਼ੁਰੂ ਵਾਲੇ ਫੇਰ ਦੋ ਕੁੰਡੇ ਆਪਾਂ ਸਿੱਧੇ ਔਰ ਆਹ ਵਾਲੇ ਕੁੰਡੇ ਨੂੰ ਇਸ ਤਰ੍ਹਾਂ ਉਲਟਾ ਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਕਰ ਲੈਣਾ ਐਦਾਂ ਇੱਥੇ ਜਾਲੀ ਪਾ ਦੇਣੀ ਫਿਰ ਦੋ ਕੁੰਡੇ ਸਿੱਧੇ ਬਹੁਤ ਹੀ ਸੌਖਾ ਡਿਜ਼ਾਈਨ ਆ ਬੜੀ ਆਸਾਨੀ ਨਾਲ ਬਣੂਗਾ ਐਸਾ ਐਸਟਰ ਦੇਖੋ ਕਿੰਨਾ ਪਿਆਰਾ ਲੱਗਦਾ ਹੈ ਇਹ ਡਿਜ਼ਾਈਨ ਬਣ ਕੇ। ਇਹ ਹੀ ਚਾਰ ਸਲਾਈਆਂ ਨੂੰ ਆਪਾਂ ਵਾਰ-ਵਾਰ ਰਿਪੀਟ ਕਰਦੇ ਜਾਵਾਂਗੇ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਊਗਾ। ਤੇ ਬਣ ਕੇ ਡਿਜ਼ਾਈਨ ਆਪਣਾ ਇਸ ਤਰ੍ਹਾਂ ਦਾ ਲੱਗੂਗਾ। ਦੇਖੋ ਕਿੰਨਾ ਵਧੀਆ ਲੱਗਦਾ ਬਣਿਆ ਹੋਇਆ। ਉਮੀਦ ਹੈ ਤੁਸੀਂ ਜ਼ਰੂਰ ਪਸੰਦ ਕਰੋਗੇ ਜੇਕਰ ਤੁਹਾਨੂੰ ਮੇਰਾ ਡਿਜ਼ਾਈਨ ਵਧੀਆ ਲੱਗਿਆ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਚਲੋ ਜੀ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ